ਸਤਪਾਲ ਜੀ ਹਾਈ ਕਮਾਂਡ ਦਾ, ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦਾ, ਸਮੁੱਚੇ ਅਕਾਲੀ ਦਲ ਦੀ ਹਾਈ ਕਮਾਂਡ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੇ ਵਰਗੇ ਸਧਾਰਨ ਮਨੁੱਖ ਦੇ ਉੱਤੇ ਫੈਸਲਾ ਕੀਤਾ, ਭਰੋਸਾ ਪ੍ਰਗਟ ਕੀਤਾ। ਮੈਂ 1997 ਤੋਂ ਐਜ ਏ ਕੌਂਸਲਰ ਫਿਰ MLA ਸੇਵਾ ਕੀਤੀ ਹੈ ਲੁਧਿਆਣੇ ਦੇ ਲੋਕਾਂ ਦੀ, ਔਰ ਮੇਰੇ 'ਤੇ ਉਹਨਾਂ ਨੇ ਭਰੋਸਾ ਪ੍ਰਗਟ ਕਰਕੇ ਮੇਰੇ ਨੂੰ ਬਹੁਤ ਲੋਕਾਂ ਦੇ ਵਿੱਚ, ਜਦ ਮੈਂ ਕੀ ਸ਼ਬਦਾਂ ਦੀ ਮੇਰੇ ਕੋਲ ਘਾਟ ਆ, ਮੈਂ ਕੀ ਕਹਿ ਸਕਾਂ। ਮੈਂ ਕੋਸ਼ਿਸ਼ ਕਰੂੰਗਾ ਵੀ ਜੋ ਮੇਰੇ 'ਤੇ ਹਾਈ ਕਮਾਂਡ ਨੇ ਭਰੋਸਾ ਕੀਤਾ ਮੈਂ ਉਹਦੇ 'ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂ, ਔਰ ਲੁਧਿਆਣੇ ਦੇ ਲੋਕਾਂ ਦਾ ਵਿਸ਼ਵਾਸ ਜਿੱਤ ਕੇ, ਲੁਧਿਆਣੇ ਦੇ ਲੋਕਾਂ ਦਾ ਭਰੋਸਾ ਜਿੱਤ ਕੇ, ਪਾਰਟੀ ਹਾਈ ਕਮਾਂਡ ਦੀਆਂ ਜੋ ਭਾਵਨਾਵਾਂ ਉਹਨਾਂ ਨੂੰ ਪੂਰਾ ਕਰੂੰ। ਦੇਖੋ ਅੱਜ ਦੀ ਡੇਟ ਦੇ ਵਿੱਚ ਕੋਈ ਮੁਕਾਬਲਾ ਨਹੀਂ, ਕਿਉਂਕਿ ਇਹ ਲੜਾਈ ਹੋਣੀ ਆ ਮੁੱਦਿਆਂ ਦੇ ਉੱਤੇ। ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਸਾਹਿਬ ਨੇ ਦੋ ਵਾਰ ਰਹਿ ਚੁੱਕੇ ਨੇ, ਉਹਨਾਂ ਕੋਲ ਕੋਈ ਮੁੱਦਾ ਨਹੀਂ। ਉਹ ਲੁਧਿਆਣੇ ਦੇ ਲੋਕਾਂ ਨੂੰ ਇਹ ਨਹੀਂ ਕਹਿ ਸਕਦੇ ਵੀ ਮੈਨੂੰ ਇਸ ਕਰਕੇ ਵੋਟ ਪਾ ਦਿਓ, ਮੈਂ ਆਹ ਕੀਤਾ ਸੀ। ਉਹਨਾਂ ਕੋਲ ਲੁਧਿਆਣੇ ਦੇ ਲੋਕਾਂ ਕੋਲ ਵੋਟ ਮੰਗਣ ਦਾ ਕੋਈ ਰਾਈਟ ਨਹੀਂ ਗਾ, ਕੋਈ ਮੁੱਦਾ ਨਹੀਂ ਗਾ। ਉਹ ਤਾਂ ਸਮਝ ਲਓ ਇੱਕ ਪਾਰਟੀ ਬਦਲ ਕੇ ਸਿਰਫ ਭਗਵਾਨ ਰਾਮ ਚੰਦਰ ਜੀ ਮਹਾਰਾਜ ਜੀ ਦੇ ਨਾਮ 'ਤੇ ਜਿੱਤਣਾ ਚਾਹੁੰਦੇ ਨੇ, ਔਰ ਜਿਸ ਤਰ੍ਹਾਂ ਉਹਨਾਂ ਨੇ ਪਿਛਲੇ 10 ਸਾਲ ਲੋਕਾਂ ਦੇ ਬਰਬਾਦ ਕੀਤੇ, ਅਗਲੇ 5 ਸਾਲ ਵੀ ਬਰਬਾਦ ਕਰਨ ਦੀ ਉਹਨਾਂ ਦੀ ਤਮੰਨਾ, ਜੋ ਲੁਧਿਆਣੇ ਦੇ ਲੋਕ ਪੂਰੀ ਨਹੀਂ ਕਰਨੇ। ਔਰ ਦੂਸਰੇ ਪਾਸੇ ਜਿਹੜੇ ਮੇਰੇ ਵੀਰ ਸਰਕਾਰ ਦੇ ਨੁਮਾਇੰਦੇ ਨੇ ਜਿਨ੍ਹਾਂ ਨੂੰ ਟਿਕਟ ਦਿੱਤੀ ਗਈ ਆ, ਮੈਂ ਦੇਖੋ ਪਹਿਲਾਂ ਵੀ ਗੱਲ ਕਰਦਾ ਵੀ ਇਹ ਇਲੈਕਸ਼ਨ ਮੇਰੀ ਲੁਧਿਆਣੇ ਦੇ ਲੋਕ ਲੜਨਗੇ, ਮੇਰਾ ਕਿਰਦਾਰ ਲੜੂਗਾ, ਸਾਰਿਆਂ ਦਾ ਕਿਰਦਾਰ ਲੜੂਗਾ, ਮੇਰੇ ਕੀਤੇ ਹੋਏ ਕੰਮ ਲੜਨਗੇ, ਮੇਰੀ ਜਿਹੜੀ ਇਮਾਨਦਾਰੀ ਲੜੂਗੀ, ਮੇਰੀ ਸ਼ਰਾਫਤ ਲੜੂਗੀ, ਮੇਰੀ ਕਹੀ ਹੋਈ ਗੱਲ ਮੇਰੇ ਤੋਂ ਵੀ ਜ਼ਿਆਦਾ ਲੋਕਾਂ ਤੱਕ ਲੈ ਕੇ ਜਾਣਗੇ, ਔਰ ਮੈਨੂੰ ਘਰ ਘਰ ਜਾਣ ਦੀ ਲੋੜ ਨਹੀਂ ਪੈਣੀ। ਮੇਰੀਆਂ ਮਾਤਾਵਾਂ, ਮੇਰੀਆਂ ਭੈਣਾਂ, ਮੇਰੀਆਂ ਧੀਆਂ, ਮੇਰੇ ਨੌਜਵਾਨ ਵੀਰ, ਮੇਰੇ ਬਜ਼ੁਰਗ, ਇਹ ਸਾਰੇ ਮੇਰੀ ਗੱਲ ਆਪ ਘਰ ਘਰ ਲੈ ਕੇ ਜਾਣਗੇ, ਲੋਕਾਂ ਕੋਲ ਲੈ ਕੇ ਜਾਣਗੇ, ਬੇਨਤੀ ਕਰਨਗੇ ਵੋਟ ਪਾਉਣ ਦੇ ਲਈ। ਦੇਖੋ ਇੱਕ ਕਿਰਦਾਰ ਵੀ ਹੁੰਦਾ ਇਲੈਕਸ਼ਨ ਲੜਨ ਵਾਸਤੇ, ਜਿਹੜੇ ਸੱਜਣ ਆਏ ਨੇ ਉਹਨਾਂ ਦੇ ਕਿਰਦਾਰ ਦੇਖੋ। ਜੇ ਆਪਾਂ ਕਿਰਦਾਰ ਦੇਖ ਕੇ, ਇਮਾਨਦਾਰੀ ਦੇਖ ਕੇ, ਸ਼ਰਾਫਤ ਦੇਖ ਕੇ ਵੋਟ ਪਾਵਾਂਗੇ ਤਾਂ ਉਹ ਮੇਰੇ ਕਿਤੇ ਵੀ ਮੁਕਾਬਲੇ 'ਚ ਨਹੀਂ ਆ ਸਕਦੇ ਸਾਰੇ, ਚਾਹੇ ਹੋਰ ਵੀ 10 ਖੜ ਜਾਣ। ਪਰ ਜੇ ਪਿਛਲੇ ਸਮੇਂ ਜੋ ਹੋਇਆ 22 ਦੇ ਵਿੱਚ ਉਸ ਤਰ੍ਹਾਂ ਕਿਸੇ ਨੇ ਫੈਸਲਾ ਕਰਨਾ ਹੋਇਆ, ਫਿਰ ਮੁੜ ਕੇ ਰੋਣਾ ਪੈ ਜਾਂਦਾ, ਮੁੜ ਕੇ ਆਪਾਂ ਪਿੱਟਦੇ ਹਾਂ ਵੀ ਆਹ ਹੋ ਗਿਆ, ਗਲਤ ਫੈਸਲਾ ਹੋ ਗਿਆ, ਗਲਤ ਲੋਕ ਚੁਣ ਲਏ ਗਏ, ਫਿਰ ਇਹ ਗੱਲ ਹੋ ਜਾਂਦੀ ਹੈ। ਸਰ ਕੋਈ 13-0 ਦੀ ਗੱਲ ਕਰਦਾ, ਕੋਈ ਤਾਂ ਕਹਿੰਦੇ ਆ ਵੀ ਇੱਥੇ ਮਤਲਬ ਲੁਧਿਆਣੇ। ਦੇਖੋ ਇਹ ਗੱਲਾਂ ਕਰਨੀਆਂ ਤਾਂ ਬੜੀਆਂ ਸੌਖੀਆਂ ਹੁੰਦੀਆਂ, ਕਰਦੇ ਰਹਿਣਾ, ਲੋਕ ਗੱਲਾਂ ਕਰਦੇ ਜਾਣਗੇ, ਪਰ ਜੋ ਹਕੀਕਤ ਆ, ਹਕੀਕਤ ਤੋਂ ਆਪਾਂ ਸਾਰੇ ਜਾਣੂ ਆ, ਲੁਧਿਆਣੇ ਦੇ ਲੋਕ ਵੀ ਜਾਣੂ ਆ, ਤੁਸੀਂ ਵੀ ਜਾਣੂ ਆ, ਤੁਸੀਂ ਤਰ੍ਹਾਂ ਤਰ੍ਹਾਂ ਦੇ ਲੋਕਾਂ ਨਾਲ ਰੋਜ਼ ਮਿਲਦੇ ਹੋ, ਹਰ ਪਲ ਮਿਲਦੇ ਹੋ, ਤੁਹਾਨੂੰ ਵੀ ਪਤਾ ਹਕੀਕਤ ਕੀ ਆ। ਇਸ ਵੇਲੇ ਜੋ ਹਾਲਾਤ ਨੇ ਲੁਧਿਆਣੇ ਦੇ ਜਾਂ ਪੰਜਾਬ ਦੇ, ਉਹ ਹਾਲਾਤ ਜਿਹੜੀਆਂ ਦੋ ਸਰਕਾਰਾਂ ਚੱਲ ਰਹੀਆਂ ਉਹਨਾਂ ਦੇ ਫੇਵਰ 'ਚ ਤਾਂ ਹੈ ਹੀ ਨਹੀਂ ਬਿਲਕੁਲ ਵੀ। ਅਤੇ ਜਿਹੜੀ ਸਰਕਾਰ ਹੁਣੇ ਬਹੁਤ ਵੱਡੀ ਕਰਪਸ਼ਨ ਕਰਕੇ ਗਈ ਹੈ, ਜਿਹਦੇ ਅੱਧੇ ਮੰਤਰੀ ਵੱਧ ਤੋਂ ਦੇ ਕਰੀਬ ਜੇਲ੍ਹ 'ਚ ਜਾ ਚੁੱਕੇ ਨੇ, ਉਹਨਾਂ ਦੇ ਫੇਵਰ 'ਚ ਕਿਵੇਂ ਹੋਣਗੇ? ਔਰ ਲੋਕ ਯਾਦ ਕਰਦੇ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ, ਕਿਸੇ ਵਪਾਰੀ ਕੋਲ ਚਲੇ ਜਾਓ, ਕਿਸੇ ਇੰਡਸਟਰੀਲਿਸਟ ਕੋਲ ਚਲੇ ਜਾਓ, ਕਿਸੇ ਦੁਕਾਨਦਾਰ ਕੋਲ ਚਲੇ ਜਾਓ, ਕਿਸੇ ਆਮ ਸਧਾਰਨ ਵਿਅਕਤੀ ਕੋਲ ਚਲੇ ਜਾਓ, ਲੋਕ ਯਾਦ ਕਰਦੇ ਨੇ ਯਾਰ ਅਕਾਲੀ ਦਲ ਦੇ ਰਾਜ ਦਾ ਜਿਹੜਾ ਸਮਾਂ ਸੀ ਨਾ ਉਹ ਬਹੁਤ ਵਧੀਆ ਸੀ, ਉਸ ਵੇਲੇ ਵਿਕਾਸ ਵੀ ਹੋਇਆ, ਅਮਨ ਚੈਨ ਵੀ ਸੀ, ਸ਼ਾਂਤੀ ਵੀ ਸੀ, ਭਾਈਚਾਰਾ ਸਾਂਝ ਵੀ ਮਜ਼ਬੂਤ ਸੀ। ਅੱਜ ਸਾਰੇ ਇਹ ਲੋਕ ਮਹਿਸੂਸ ਕਰਦੇ ਨੇ, ਅਤੇ ਇਸ ਕਰਕੇ ਮੈਨੂੰ ਇਹ ਭਰੋਸਾ ਵਾ ਕਿ ਲੁਧਿਆਣੇ ਦੇ ਲੋਕ ਜਿਹੜਾ ਫੈਸਲਾ ਕਰਨਗੇ ਉਹ ਬਹੁਤ ਪੋਜ਼ਿਟਿਵ ਹੋਊਗਾ, ਔਰ ਉਹ ਫੈਸਲਾ ਜਿਹੜਾ ਆਪਣੇ ਹੱਕ ਵਿੱਚ ਹੋਊ।